ਲੱਗਦਾ ਮੌਤ ਮੇਲਾ ਜੀਵਨ ਸਾਰਾ ਦੁਨੀਆਦਾਰੀ ਛੱਡ ਕੇ ਹੁਣ ਤਾਂ ਦੁਨੀਆਦਾਰੀ ਛੱਡ ਕੇ ਹੁਣ ਤਾਂ ਖੁਸ਼ੀਆਂ ਦੇ ਵਿੱਚ ਝੂਮਕ ਗਈਏ ਓ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਨਾਇਰਾ ਕਪੂਰ ਤੁਹਾਡਾ ਇੱਕ ਹੋਰ ਵਾਰ ਸਵਾਗਤ ਕਰਦੀ ਹਾਂ ਸਾਡੇ ਇਸ ਐਪੀਸੋਡ ਵਿੱਚ। ਅਸੀਂ ਚਰਚਾ ਕਰ ਰਹੇ ਸੀ ਕਿ ਕਿੱਦਾਂ ਇੱਕ ਸੋਸ਼ਲ ਰਿਸਪੋਂਸਿਬਿਲਿਟੀ ਮੇਰੀ ਸਾਰਿਆਂ ਦੇ ਪ੍ਰਤੀ ਕੈਨ ਲੀਡ ਟੂ ਸਮਥਿੰਗ ਸੋ ਗੁੱਡ ਕਿ ਉਹਦੇ ਨਾਲ ਮੇਰਾ ਇਨਵਾਇਰਮੈਂਟ ਬਹੁਤ ਪੋਜ਼ਿਟਿਵ ਹੋ ਸਕਦਾ ਹੈ, ਅਤੇ ਜੇ ਇਟ ਲੀਡਸ ਟੂ ਸਮਥਿੰਗ ਨੈਗੇਟਿਵ ਤਾਂ ਮੇਰਾ ਇਨਵਾਇਰਮੈਂਟ ਇੰਨਾ ਡੀਗ੍ਰੇਡ ਹੋ ਸਕਦਾ ਹੈ ਦੈਟ ਟੂਡੇ ਇਟ ਹੈਜ਼ ਐਕਚੁਲੀ ਰਿਜ਼ਲਟਡ ਇਨ ਗਲੋਬਲ ਵਾਰਮਿੰਗ। ਇਸ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਹੈਗੇ ਨੇ ਕਰਮਜੀਤ ਦੀਦੀ। ਓਮ ਸ਼ਾਂਤੀ। ਅਸੀਂ ਗੱਲ ਕੀਤੀ ਪਿਛਲੀ ਕੜੀ ਵਿੱਚ ਕਿ ਕਿੱਦਾਂ ਮੇਰੀ ਇੱਕ ਛੋਟੀ ਜਿਹੀ ਗਲਤੀ ਜਿਹਨੂੰ ਮੈਂ ਕਦੇ ਵੇਖਿਆ ਨਹੀਂ ਕਿਉਂਕਿ ਮੈਨੂੰ ਉਹ ਪਤਾ ਸੀ ਗਲਤ ਹੈ, ਫਿਰ ਵੀ ਮੈਂ ਉਹਦੇ 'ਤੇ ਧਿਆਨ ਨਹੀਂ ਦਿੱਤਾ ਐਂਡ ਇਟ ਹੈਜ਼ ਲੈਡ ਟੂ ਸਮਥਿੰਗ ਵਟ ਵੀ ਆਰ ਫੇਸਿੰਗ ਅੱਜ। ਅਸੀਂ ਫੇਸ ਕਰ ਰਹੇ ਹਾਂ ਇੰਨੀ ਸਵੇਅਰ ਪੋਲਿਊਸ਼ਨ, ਇੰਨਾ ਸਵੇਅਰ ਇਨਵਾਇਰਮੈਂਟ ਡੀਗ੍ਰੇਡੇਸ਼ਨ ਕਿ ਸਾਨੂੰ ਪਤਾ ਇਸ ਤੋਂ ਬਚਣਾ ਆਲਮੋਸਟ ਇੰਪੋਸੀਬਲ ਹੈ। ਮੀਨਸ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਛੋਟੇ ਹੁੰਦਿਆਂ ਕਿ ਜੇ ਅਸੀਂ ਧਿਆਨ ਨਹੀਂ ਦਿੱਤਾ ਇਹਨਾਂ ਚੀਜ਼ਾਂ ਵੱਲ ਦੈਨ ਇਟ ਵਿਲ ਲੀਡ ਟੂ ਡਿਸਟਰਕਸ਼ਨ ਆਫ ਦ ਹਿਊਮੈਨਿਟੀ, ਅਤੇ ਅੱਜ ਉਹ ਸਿਚੁਏਸ਼ਨ ਸਾਡੇ ਸਾਹਮਣੇ ਆਈ ਖੜੀ ਹੈ। ਸਾਨੂੰ ਲੱਗਦਾ ਹੈ ਕਿ ਉਹ ਡਿਸਟਰਕਸ਼ਨ ਕੋਈ ਹੋਰ ਕਰ ਰਿਹਾ। ਐਗਜੈਕਟਲੀ, ਮੈਂ ਨਹੀਂ ਕਰ ਰਿਹਾ। ਬਿਲਕੁਲ, ਮੈਂ ਤਾਂ ਉਹੀ ਕੀਤਾ ਜੋ ਸਾਰੇ ਕਰ ਰਹੇ ਹਾਂ ਜਾਂ ਜੋ ਮੈਨੂੰ ਠੀਕ ਲੱਗਿਆ, ਪਰ ਮੈਂ ਕਦੇ ਨਹੀਂ ਸੋਚਿਆ ਜੋ ਸਾਰੇ ਕਰ ਰਹੇ ਨੇ ਕਿ ਉਹ ਸਹੀ ਹੈ। ਸਵੱਛ ਭਾਰਤ ਅਭਿਆਨ ਸਾਨੂੰ ਉਹ ਚੀਜ਼ ਸਿਖਾਉਂਦਾ ਹੈ ਕਿ ਕਿੱਦਾਂ ਮੇਰੀ ਜਿਹੜੀ ਸਿਵਿਕ ਸੈਂਸ, ਮੇਰੀ ਕਲੈਨਲੀਨੈਸ ਦੀ ਸੈਂਸ ਜੋ ਮੈਨੂੰ ਬਚਪਨ ਤੋਂ ਹੀ ਪਤਾ ਹੋਣੀ ਚਾਹੀਦੀ ਹੈ, ਬਿਲਕੁਲ ਜੀ, ਉਹਦਾ ਪ੍ਰਚਾਰ ਨੈਸ਼ਨਲ ਲੈਵਲ ਉੱਤੇ ਕੀਤਾ ਜਾ ਰਿਹਾ ਅਤੇ ਸਾਡੇ ਪ੍ਰਾਈਮ ਮਿਨਿਸਟਰ ਅਤੇ ਹੋਰ ਵੀ ਸਾਡੀ ਗਵਰਨਮੈਂਟ ਇਹ ਨਿਵੇਦਨ ਕਰ ਰਹੀ ਹੈ ਲੋਕਾਂ ਤੋਂ, ਆਮ ਲੋਕਾਂ ਤੋਂ, ਕਿ ਕਲੀਨਲੀਨੈਸ ਰੱਖੋ ਤਾਂ ਤੁਹਾਡੇ ਲਈ ਚੰਗਾ ਹੋਏਗਾ। ਇਹ ਉਹ ਗੱਲ ਹੋ ਗਈ ਕਿ ਮੇਰੇ ਘਰ ਸਭ ਕੁਛ ਹੈਗਾ ਹੈ, ਮੈਨੂੰ ਪਤਾ ਵੀ ਹੈ, ਪਰ ਫਿਰ ਵੀ ਮੈਂ ਬਾਹਰ ਜਾ ਕੇ ਉਹ ਲੋਕਾਂ ਤੋਂ ਸੁਣਨਾ ਹੈ ਕਿ ਤੇਰੇ ਘਰ ਸਭ ਕੁਛ ਆਲਰੇਡੀ ਪਿਆ ਹੈ, ਉਹਨੂੰ ਯੂਜ਼ ਕਰੋ, ਉਹਨੂੰ ਯੂਜ਼ ਕਰੋ ਚੰਗੇ ਲਈ, ਬਟ ਨਹੀਂ ਹੈ ਮੇਰੇ ਵਿੱਚ ਹੈ। ਹਾਂ ਦੇਖੋ, ਅੱਜ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਸਵੱਛ ਭਾਰਤ ਅਭਿਆਨ ਦੀ, ਕਿਤੇ ਵੀ ਸਵੱਛ ਭਾਰਤ ਅਭਿਆਨ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਜਾ ਕੇ ਪੂਰੀ ਸੜਕ ਸਾਫ਼ ਕਰੋ, ਇਸ ਦੇਸ਼ ਨੂੰ ਸਾਫ਼ ਕਰੋ, ਹਾਂਜੀ, ਹੈ ਨਾ, ਜਾਂ ਪੂਰੀ ਸਟੇਟ ਨੂੰ ਸਾਫ਼ ਕਰੋ। ਬਿਲਕੁਲ, ਵੀ ਸੀ, ਵੀ ਆਲ ਆਰ ਕਨੈਕਟਡ। ਹਾਂਜੀ, ਇੱਕ ਬਹੁਤ ਖੂਬਸੂਰਤ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣੀ ਗੱਲ ਹੈ, ਵੀ ਆਲ ਆਰ ਕਨੈਕਟਡ। ਹਾਂਜੀ, ਸਾਡੇ ਘਰ ਕੋਈ ਸਾਰਿਆਂ ਦੇ ਮੀਲ ਮੀਲ ਦੂਰ ਨਹੀਂ ਹੈ, ਕੰਧ ਦੇ ਨਾਲ ਕੰਧ ਜੁੜੀ ਹੋਈ ਹੈ ਜੀ, ਹੈ ਨਾ। ਕਰਨਾ ਕੀ ਹੈ, ਆਪਣਾ ਆਪਣਾ ਏਰੀਆ ਤਾਂ ਸਾਫ਼ ਰੱਖਣਾ। ਮੈਂ ਆਪਣੇ ਘਰ ਦਾ ਅੰਦਰ ਤੇ ਬਾਹਰ ਸਾਫ਼ ਰੱਖਾਂ, ਹਾਂਜੀ, ਤੁਸੀਂ ਆਪਣੇ ਘਰ ਦਾ ਅੰਦਰ ਤੇ ਬਾਹਰ ਸਾਫ਼ ਰੱਖੋ, ਮੇਰਾ ਇੱਧਰਲਾ ਨੇਬਰ ਵੀ ਆਪਣਾ ਅੰਦਰ ਬਾਹਰ ਸਾਫ਼ ਰੱਖੇ ਤੇ ਇੱਧਰ ਵਾਲਾ ਵੀ। ਜਦੋਂ ਸਾਰੇ ਕਨੈਕਟਡ ਕੜੀ ਦੇ ਵਿੱਚ ਇਹ ਆਪਣੀ ਰਿਸਪੋਂਸੀਬਿਲਟੀ ਨਿਭਾਉਣਗੇ, ਆਪੇ ਹੀ ਹੋ ਗਿਆ ਸਵੱਛ ਭਾਰਤ। ਐਗਜੈਕਟਲੀ, ਅਸੀਂ ਸੋਚਦੇ ਹਾਂ ਜਿਹੜਾ ਉਹ ਸ਼ਹਿਰ ਦੇ ਵਿੱਚ ਉਹ ਦੂਸਰੇ ਕੋਨੇ 'ਚ ਉੱਥੇ ਜਿਹੜਾ ਕੂੜਾ ਪਿਆ ਹੈਗਾ ਉਹ ਸਾਫ਼ ਹੋ ਜਾਏ, ਹਾਂਜੀ, ਲੇਕਿਨ ਮੇਰੇ ਘਰ ਦੇ ਆਸ ਪਾਸ ਜਿਹੜੀ ਸੜਕ ਹੈ, ਮੇਰੇ ਘਰ ਦੇ ਬਾਹਰ ਅਗਰ ਕੋਈ ਛੋਟਾ ਮੋਟਾ ਕੁਛ ਰੈਪਰ ਪਿਆ ਹੈ, ਕੋਈ ਡੰਪ ਹੈ, ਛੋਟਾ ਛੋਟਾ ਜਿਹਾ ਡੰਪ ਹੈ, ਹਾਂਜੀ, ਉਹਨੂੰ ਕੌਣ ਕਲੀਨ ਕਰੇਗਾ? ਬਿਲਕੁਲ, ਅਸੀਂ ਹਰ ਜਗ੍ਹਾ ਤੇ ਇਹ ਐਕਸਪੈਕਟ ਕਰਦੇ ਹਾਂ ਕਿ ਸਮਬਡੀ ਵਿਲ ਕਮ ਐਂਡ ਡੂ ਇਟ। ਯੈਸ, ਕੋਈ ਹੋਰ ਆਏਗਾ, ਉਹ ਚੱਕੇਗਾ ਐਂਡ ਲੈ ਕੇ ਜਾਏਗਾ ਐਂਡ ਵਿਲ ਪੇ ਫੋਰ ਇਟ। ਯੈਸ, ਵਾਈ ਨਾਟ ਡੂ ਇਟ ਯੋਰਸੈਲਫ ਐਂਡ ਵਾਈ ਪੇ ਫੋਰ ਸਮਥਿੰਗ ਸੋ ਬੇਸਿਕ। ਹਾਂ, ਅਸੀਂ ਆਪਣੇ ਸਰੀਰ ਦੀ ਸਫਾਈ ਖੁਦ ਕਰਦੇ ਹਾਂ ਨਾ, ਹਾਂਜੀ, ਤੇ ਆਪਣੇ ਘਰ ਦੀ ਵੀ
ਜਿੰਨੀ ਪੋਸੀਬਲ ਹੈ ਉਨੀ ਖੁਦ ਕਰ ਸਕਦੇ ਹਾਂ ਜੀ ਬਿਲਕੁਲ ਔਰ ਚਲੋ ਕਿਸੇ ਤੋਂ ਕਰਵਾਉਣਾ ਵੀ ਹੈ ਬਟ ਇਟ ਸ਼ੁਡ ਬੀ ਅੰਡਰ ਮਾਈ ਸੁਪਰਵਿਜ਼ਨ ਐਂਡ ਇਟ ਸ਼ੁਡ ਬੀ ਮਾਈ ਰਿਸਪੋਂਸੀਬਿਲਿਟੀ ਮੈਂ ਕਰਵਾ ਰਹੀ ਹਾਂ ਜੀ ਇਹ ਚੀਜ਼ ਬਹੁਤ ਜ਼ਰੂਰੀ ਹੈ ਏਦਾਂ ਅਗਰ ਤੁਸੀਂ ਪ੍ਰੋਫੈਸ਼ਨ ਤੇ ਚਲੇ ਜਾਓ ਐਂਡ ਜਿੰਨੇ ਵੀ ਬਿਜ਼ਨਸ ਹਾਊਸਿਸ ਹੈ ਜਿੰਨੇ ਵੀ ਚਾਹੇ ਕੰਪਨੀਜ਼ ਹੈ ਕਾਰਪੋਰੇਟਸ ਹੈ ਜਾਂ ਛੋਟੇ ਛੋਟੀਆਂ ਸ਼ੋਪਸ ਹੈ ਦੁਕਾਨਾਂ ਨੇ ਉੱਥੇ ਵੀ ਸਾਰੀਆਂ ਕਨੈਕਟਿਡ ਹੀ ਨੇ ਨਾ ਤਾਂ ਉਹ ਵੀ ਤਾਂ ਆਪਣਾ ਆਲਾ ਦੁਆਲਾ ਖੁਦ ਹੀ ਸਾਫ਼ ਰਖਵਾ ਸਕਦੇ ਹੈ ਮੇਡ ਹਰ ਕਿਸੇ ਨੇ ਰੱਖੀ ਹੈ ਸਵੀਪਰਸ ਹਰ ਕਿਸੇ ਨੇ ਰੱਖੇ ਹੋਏ ਹੈ ਵੀ ਹੈਵ ਫੈਸਿਲਿਟੀਜ਼ ਲੇਕਿਨ ਉਹਨਾਂ ਤੋਂ ਉਹ ਜਿਹਾ ਸਫਾਈ ਕਰਵਾਉਣਾ ਉਹ ਕੰਮ ਕਰਵਾਉਣਾ ਔਰ ਉਹ ਦਾਇਰਾ ਉਸ ਦਾਇਰੇ ਦੇ ਵਿੱਚ ਕਰਵਾਉਣਾ ਇਹ ਸਾਡੀ ਰਿਸਪੋਂਸੀਬਿਲਿਟੀ ਹੋਣੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਸਾਡਾ ਪੂਰਾ ਦੇਸ਼ ਬਹੁਤ ਈਜ਼ੀਲੀ ਸਵੱਛ ਹੋ ਸਕਦਾ ਹੈ ਬਹੁਤ ਈਜ਼ੀਲੀ ਕਲੀਨਨੈਸ ਹੋ ਸਕਦੀ ਹੈ ਅਗਰ ਹਰ ਕੋਈ ਇਸ ਤਰ੍ਹਾਂ ਦੀ ਰਿਸਪੋਂਸੀਬਿਲਿਟੀ ਸਮਝਣ ਲੱਗੇ ਇਹ ਤਾਂ ਗੱਲ ਹੋ ਗਈ ਕਲੀਨਲੀਨੈਸ ਦੇ ਇੱਕ ਐਸਪੈਕਟ ਦੀ ਮੇਰੇ ਇਨਵਾਇਰਮੈਂਟ ਪ੍ਰਤੀ ਮੈਂ ਆਪਣੇ ਆਸ ਪਾਸ ਸਵੱਛਤਾ ਰੱਖਣੀ ਹੈ ਇੱਕ ਹੋਰ ਗੱਲ ਹੈ ਅੱਜ ਕੱਲ੍ਹ ਸਾਡੀ ਜਿਹੜੀ ਕੈਪੀਟਲ ਹੈ ਦਿੱਲੀ ਉਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉੱਥੇ ਜਿਹੜੇ ਕਲਾਈਮੈਟਿਕ ਕੰਡੀਸ਼ਨਸ ਨੇ ਉਹ ਸਭ ਤੋਂ ਵਰਸਟ ਇਨ ਦਾ ਵਰਲਡ ਨੇ ਯੈਸ ਇਸ ਵੇਲੇ ਇਟ ਇਜ਼ ਮੋਸਟ ਪੋਲਿਊਟਿਡ ਸਿਟੀ ਇਨ ਦਾ ਹੋਲ ਵਰਲਡ ਬਹੁਤ ਵੱਡੀ ਗੱਲ ਹੈ ਔਰ ਬਹੁਤ ਦੁਖਦਾਇਕ ਹੈ ਬਿਲਕੁਲ ਸ਼ਰਮਨਾਕ ਵੀ ਸ਼ਰਮਨਾਕ ਹੈ ਬਿਕੋਜ਼ ਦੇਸ਼ ਦੀ ਕੈਪੀਟਲ ਹੋਏ ਇਹ ਬਹੁਤ ਜ਼ਿਆਦਾ ਦੁਖਦਾਇਕ ਔਰ ਸ਼ਰਮਨਾਕ ਗੱਲ ਹੈ ਜਾਂ ਬਹੁਤ ਗਹਿਰਾਈ 'ਚ ਜਾ ਕੇ ਆਪਣੇ ਆਪ ਨੂੰ ਝੰਜੋੜ ਕੇ ਖੁਦ ਨੂੰ ਦੱਸਣ ਵਾਲੀ ਗੱਲ ਹੈ ਬਿਲਕੁਲ ਕਿ ਉਹਨਾਂ ਚੀਜ਼ਾਂ 'ਤੇ ਕੰਟਰੀਬਿਊਸ਼ਨ ਅਸੀਂ ਕਿਵੇਂ ਦੇ ਰਹੇ ਹਾਂ ਹਾਂਜੀ ਇਹ ਦੇਖਣਾ ਚਾਹੀਦਾ ਹੈ ਬਿਲਕੁਲ ਅਤੇ ਜੇ ਕੰਟਰੀਬਿਊਸ਼ਨ ਮੇਰਾ ਹੈ ਤਾਂ ਮੈਂ ਪਲ ਭਰ ਦੇ ਵਿੱਚ ਉਸ ਕੰਟਰੀਬਿਊਸ਼ਨ ਨੂੰ ਰੋਕਾਂ ਉਹਨੂੰ ਖਤਮ ਕਰਾਂ ਖਤਮ ਕਰਾਂ ਮੈਂ ਤਾਂ ਨਹੀਂ ਕੰਟਰੀਬਿਊਟ ਕਰ ਰਿਹਾ ਇਹ ਜਿਹੜਾ ਅਸੀਂ ਕੁਐਸਚਨ ਕਰਦੇ ਨਾ ਵਾਈ ਮੀ why me right oh question hone hona chahiye why not me yes and only me absolutely main hi karna hai it's my nation I have to do it agar ye belongingness aa jaye to fir main dekha ki mera koi contribution ta nahi ho raha ki meri capital sade desh di capital da eh haal hai agar utthe mera koi contribution hai turant matlab ki ek corrective action le lena chahiye means jehde vi vehicles use ho rahe ne ਜਿਹੜੇ ਪੋਲਿਊਸ਼ਨ ਫੈਲਾ ਰਹੇ ਨੇ ਜਿਹੜੇ ਮੈਂ ਪੇੜ ਨਹੀਂ ਲਾ ਰਹੀ ਕਿਉਂਕਿ ਮੇਰੇ ਹਿਸਾਬ ਨਾਲ ਹੁਣ ਦਿੱਲੀ ਦੇ ਹਰ ਇਨਸਾਨ ਨੂੰ ਘੱਟੋ ਘੱਟ ਇੰਨਾ ਤਾਂ ਹੋਣਾ ਚਾਹੀਦਾ ਕਿ ਮੈਂ ਆਪਣੇ ਘਰ ਦੇ ਬਾਹਰ ਜਾਂ ਜਿੱਥੇ ਵੀ ਪੋਸੀਬਲ ਨੀਅਰੈਸਟ ਹੈ ਇੱਕ ਪੇੜ ਤਾਂ ਲਾਉਣ ਦੀ ਕੋਸ਼ਿਸ਼ ਕਰਾਂ ਬਿਲਕੁਲ ਜੇ ਕੀਤੀ ਹੁੰਦੀ ਜਿਹੜੀ ਗੱਲ ਹੁਣ ਅਸੀਂ ਰਿਅਲਾਈਜ਼ ਕਰ ਰਹੇ ਹਾਂ ਜੇ ਕੀਤੀ ਹੁੰਦੀ ਤੇ ਸਾਨੂੰ ਇਹ ਦਿਨ ਨਹੀਂ ਦੇਖਣਾ ਪੈਣਾ ਸੀ ਸਿਰਫ ਲਗਾਨ ਤੱਕ ਹੀ ਸੀਮਿਤ ਨਹੀਂ ਰਹਿਣਾ ਨਾ ਲਗਾਨ ਤੋਂ ਬਾਅਦ ਉਸ ਪੌਦੇ ਦਾ ਪਾਲਣ ਪੋਸ਼ਣ ਐਗਜ਼ੈਕਟਲੀ ਉਹਨੂੰ ਵੱਡੇ ਹੁੰਦਿਆਂ ਦੇਖਣਾ ਉਹਨੂੰ ਇੱਕ ਪੌਦੇ ਤੋਂ ਪੇੜ ਦੇ ਵਿੱਚ ਕਨਵਰਟ ਹੁੰਦਿਆਂ ਦੇਖਣਾ ਦਿਸ ਇਜ਼ ਵੈਰੀ ਇੰਪੋਰਟੈਂਟ ਮਾਈ ਰਿਸਪੋਂਸੀਬਿਲਿਟੀ ਯੈਸ ਅੱਜ ਅਗਰ ਮੈਨੂੰ ਮੇਰੇ ਘਰ ਦੇ ਆਲੇ ਦੁਆਲੇ ਪਾਰਕਿੰਗ ਲਾਟ ਬਣਾਉਣਾ ਹੈ ਜੀ ਔਰ ਉਹਦੇ ਕਰਕੇ ਮੈਨੂੰ ਕੁਛ ਪੌਦੇ ਪੁੱਟਣੇ ਪੈ ਰਹੇ ਹੈ ਹਾਂਜੀ ਹੈ ਨਾ ਉੱਥੋਂ ਉਹ ਜਗ੍ਹਾ ਸਾਫ਼ ਕਰਨੀ ਪੈ ਰਹੀ ਹੈ ਇਟਸ ਮਾਈ ਰਿਸਪੋਂਸੀਬਿਲਿਟੀ ਕਿ ਉਸ ਤੋਂ ਹਟ ਕੇ ਜੇ ਮੇਰੇ ਦੁਆਰਾ ਮੈਨੂੰ ਇੱਕ ਚੀਜ਼ ਚਾਹੀਦੀ ਹੈ ਉਹਦੇ ਕਰਕੇ ਜੇ 5 ਪੌਦਿਆਂ ਦਾ ਨੁਕਸਾਨ ਹੋ ਰਿਹਾ ਹੈ ਤੇ ਉਹ 5 ਦੀ ਜਗ੍ਹਾ ਮੈਂ 10 ਹੋਰ ਕੁਛ ਜਗ੍ਹਾ ਨੂੰ ਛੱਡ ਕੇ ਹਟ ਕੇ ਉੱਥੇ ਲਗਾਵਾਂ ਬਿਲਕੁਲ ਔਰ ਉਹਨਾਂ 10 ਦੀ ਫਿਰ ਮੈਂ ਸੇਵਾ ਕਰਾਂ ਉਹਨਾਂ 10 ਨੂੰ ਵਧਦਿਆਂ ਫੁੱਲਦਿਆਂ ਦੇਖਾਂ ਮੈਂ ਖੁਦ ਔਰ ਅਗਰ ਮੈਂ ਨਹੀਂ ਹਾਂ ਤਾਂ ਫਿਰ ਮੇਰੇ ਤੋਂ ਬਾਅਦ ਹੋਰ ਕੌਣ ਹੈ ਜੋ ਉਹਨਾਂ ਨੂੰ ਦੇਖੇ ਔਰ ਉਹਨਾਂ ਨੂੰ ਵਧਦਿਆਂ ਦੇਖੇ ਹਾਂਜੀ ਇਹ ਕੰਟਰੀਬਿਊਸ਼ਨ ਹੈ ਟੂਵਰਡਸ ਦ ਸੋਸਾਇਟੀ ਟੂਵਰਡਸ ਦੀ ਨੇਸ਼ਨ ਇਸ ਦ੍ਰਿਸ਼ਟੀਕੋਣ ਦੀ ਡੈਸਪਰੇਟ ਲੋੜ ਹੈ ਜੇ ਇਹ ਪ੍ਰੋਬਲਮ ਦਿੱਲੀ 'ਚ ਆ ਸਕਦੀ ਹੈ ਮੇਰੀ ਕੈਪੀਟਲ 'ਚ ਆ ਸਕਦੀ ਹੈ ਦੇਸ਼ ਦੀ ਤਾਂ ਹੋ ਸਕਦਾ ਹੈ ਕਿ ਇਹ ਮੇਰੇ ਵੀ ਬਹੁਤ ਕਰੀਬ ਹੋਵੇ ਮੇਰੀ ਸਟੇਟ ਜਿੱਥੇ ਵੀ ਮੈਂ ਰਹਿ ਰਹੀ ਹਾਂ ਉੱਥੇ ਵੀ ਇਹ ਪੋਲਿਊਸ਼ਨ ਉਨੀ ਵੱਧ ਸਕਦੀ ਹੈ ਯੈਸ ਭਾਵੇਂ ਉਹ ਏਅਰ ਪੋਲਿਊਸ਼ਨ ਹੋ ਭਾਵੇਂ ਉਹ ਵਾਟਰ ਪੋਲਿਊਸ਼ਨ ਹੋ ਭਾਵੇਂ ਉਹ ਸੀਵਰੇਜ ਦੀ ਗੱਲ ਹੋਵੇ ਰੋਡਸ ਹੋਣ ਕੁਛ ਵੀ ਹੋਵੇ ਡੰਪ ਹੋਵੇ ਮੈਂ ਆਪਣੀ ਰਿਸਪੋਂਸੀਬਿਲਿਟੀ ਚੱਕ ਲਾਂ ਇਸ ਤੋਂ ਪਹਿਲੇ ਕਿ ਚੀਜ਼ਾਂ ਵਰਸਟ ਹੋ ਜਾਣ ਦੀ ਐਗਜ਼ਾਮਪਲ ਆਫ ਚਾਈਨਾ ਐਂਡ ਜਪਾਨ ਯੈਸ ਤੁਸੀਂ ਉੱਥੇ ਦੇਖੋ ਅਸੀਂ ਅੱਜ ਅਗਰ ਕਿਸੇ ਨੂੰ ਆਪਣੇ ਦੇਸ਼ 'ਚ ਕਹਿੰਦੇ ਹਾਂ ਨਾ ਕਿ ਪੇੜ ਲਗਾਓ ਰੁੱਖ ਲਗਾਓ ਹੈ ਨਾ ਤੇ ਕਹਿੰਦੇ ਜਗ੍ਹਾ ਵੀ ਤਾਂ ਹੋਣੀ ਚਾਹੀਦੀ ਹੈ ਸੀ ਦ ਸਮਾਰਟ ਵਰਕ ਦੇ ਹੈਵ ਡਨ ਕਿ ਜਿੰਨੇ ਵੀ ਬਿਲਡਿੰਗਸ ਹੈ ਹਾਂਜੀ
ਕਿੰਨੀਆਂ ਉੱਚੀਆਂ ਬਿਲਡਿੰਗਸ ਹੈ, 100-100, 200-200 ਫੀਟ ਤੱਕ, ਹਾਂਜੀ, ਬਹੁਤ ਜ਼ਿਆਦੀਆਂ ਮੰਜ਼ਿਲਾਂ ਵਾਲੀਆਂ ਬਿਲਡਿੰਗਸ ਹੈ, ਹਾਂਜੀ, ਜਿਹੜੇ ਸਕਾਈ ਸਕ੍ਰੈਪਰਸ ਹੈਗੇ ਆ, ਯੈਸ, ਉਹਨਾਂ ਦੇ ਟੌਪਸ ਤੇ, ਉਹਨਾਂ ਦੀ ਰੂਫਸ, ਉਹਨਾਂ ਦੀਆਂ ਟੈਰੇਸਿਸ ਸਾਰੀ ਉਹਨਾਂ ਨੇ ਗ੍ਰੀਨ ਕਰ ਦਿੱਤੀ ਹੈ. ਲਵਲੀ. ਐਂਡ ਜਿੰਨੇ ਵੀ ਹਾਈਵੇਜ਼ ਹੈ, ਜਿੰਨੇ ਵੀ ਐਕਸਪ੍ਰੈਸ ਵੇਜ਼ ਹੈ, ਐਂਡ ਜਿਹੜੇ ਫਲਾਈਓਵਰਸ ਹੈ, ਫਲਾਈਓਵਰਸ ਦੇ ਜਿੰਨੇ ਵੀ ਪਿੱਲਰਸ ਹੈ, ਹਾਂਜੀ, ਉਹਨਾਂ ਦੇ ਦੋਨੋਂ ਸਾਈਡ ਦੀਆਂ ਜਿਹੜੀਆਂ ਵਾਲਸ ਹੈ, ਉਹਨਾਂ ਤੇ ਉਹਨਾਂ ਨੇ ਗ੍ਰੀਨ ਕਲਾਈਂਬਰਸ ਲਗਾਏ, ਉੱਥੇ ਹੀ ਉਗਾਏ ਤਾਂ ਕਿ ਉਹ ਆਕਸੀਜਨ ਦੇਣ. ਰਾਈਟ. ਸੋ ਸੀ, ਮਤਲਬ ਸਾਨੂੰ ਸਮਾਰਟ ਵਰਕ ਦੀ ਲੋੜ ਹੈ ਕਿ ਅਗਰ ਸਾਨੂੰ ਜਗ੍ਹਾ ਦੀ ਜ਼ਰੂਰਤ ਹੈਗੀ ਹੈ, ਅਸੀਂ ਲੈਂਡ ਨੂੰ ਯੂਜ਼ ਕਰ ਰਹੇ ਹਾਂ, ਗ੍ਰੀਨਰੀ ਹਟਾ ਰਹੇ ਹਾਂ, ਹਾਂਜੀ, ਤੇ ਅਸੀਂ ਆਪਣੇ ਘਰ ਦੀਆਂ ਛੱਤਾਂ ਨੂੰ ਯੂਜ਼ ਕਰੀਏ, ਟੈਰੇਸਿਸ ਨੂੰ ਯੂਜ਼ ਕਰੀਏ, ਹੋਰ ਜ਼ਿਆਦਾ ਅਸੀਂ ਪੋਟਸ ਲਗਾਈਏ, ਗਮਲੇ ਲਗਾਈਏ, ਕੁਛ ਵੀ ਤਰੀਕੇ ਹੈਗੇ ਨੇ, ਆਲਟਰਨੇਟਿਵਸ ਆਰ ਦੇਅਰ. ਯੈਸ. ਸੋਚਣਾ ਅਸੀਂ ਇੱਥੋਂ ਹੈ. ਬਿਲਕੁਲ. ਅਸੀਂ ਅਗਰ ਡਿਸਟਰੋਏ ਕਰਨ ਲਈ ਝਟ ਇੱਕ ਆਈਡੀਆ ਕੱਢ ਲੈਂਦੇ ਹਾਂ, ਤਾਂ ਸਾਨੂੰ ਕੰਸਟਰਕਸ਼ਨ ਦਾ ਆਈਡੀਆ ਵੀ ਬਹੁਤ ਜਲਦੀ ਸੋਚ ਲੈਣਾ ਚਾਹੀਦਾ. ਪਰ ਸਾਡਾ ਕੀ ਐਟੀਟਿਊਡ ਬਣ ਗਿਆ ਨਾ, ਮੈਂ ਤਾਂ ਜੋ ਸੋਚ ਰਹੀ ਹਾਂ ਉਹ ਗਲਤ ਹੈ, ਠੀਕ ਹੈ, ਪਰ ਬਲੇਮ ਇਹਦਾ ਮੈਂ ਕਦੇ ਨਹੀਂ ਆਪਣੇ ਉੱਤੇ ਲਵਾਂਗੀ. ਆਈ ਵਾਂਟ ਟੂ ਬਲੇਮ ਦ ਗਵਰਨਮੈਂਟ, ਆਈ ਵਾਂਟ ਟੂ ਬਲੇਮ ਦ ਪੀਪਲ ਅਰਾਊਂਡ ਮੀ, ਆਈ ਵਾਂਟ ਟੂ ਬਲੇਮ ਦ ਸਮਾਲੈਸਟ ਆਫ ਦ ਪਰਸਨ ਜਿਹੜਾ ਮੇਰੀ ਨਿਗਾਹ ਵਿੱਚ ਹੈ. ਵੀ ਪਲੇ ਦ ਬਲੇਮ ਗੇਮ. ਯੈਸ, ਵੀ ਆਲਵੇਜ਼ ਡੂ ਦੈਟ. ਹਾਂ, ਮਤਲਬ ਰਿਸਪੋਂਸਿਬਿਲਟੀ ਕੋਈ ਨਹੀਂ, ਪਰ ਬਲੇਮ ਗੇਮ ਨੰਬਰ ਵਨ. ਨੰਬਰ ਵਨ. ਅਸੀਂ ਕਹਿੰਦੇ ਹਾਂ ਗਵਰਨਮੈਂਟ ਇਹ ਨਹੀਂ ਕਰ ਰਹੀ, ਗਵਰਨਮੈਂਟ ਉਹ ਨਹੀਂ ਕਰ ਰਹੀ, ਉਹਨਾਂ ਨੂੰ ਏਦਾਂ ਕਰਨਾ ਚਾਹੀਦਾ. ਵੇਅਰ ਇਜ਼ ਮੀ, ਵੇਅਰ ਇਜ਼ ਆਈ? ਯੈਸ, ਮੈਂ ਵੀ ਤਾਂ ਹੈ, ਮੈਨੂੰ ਵੀ ਤਾਂ ਕੁਛ ਕਰ ਲੈਣਾ ਚਾਹੀਦਾ. ਬਿਲਕੁਲ, ਬਿਲਕੁਲ. ਜੇ ਗਵਰਨਮੈਂਟ ਮੇਰੇ ਲਈ ਅਪੁਆਇੰਟ ਕੀਤੀ ਹੈ ਜਾਂ ਮੈਂ ਅਪੁਆਇੰਟ ਕੀਤੀ ਹੈ, ਇਹਦਾ ਇਹ ਮਤਲਬ ਤਾਂ ਨਹੀਂ ਕਿ ਮੇਰੀ ਕੋਈ ਰਿਸਪੋਂਸਿਬਿਲਟੀ ਨਹੀਂ ਹੈ ਕਿ ਯਾ ਖਤਮ ਹੋ ਗਈ, ਸਭ ਕੁਛ ਉਹ ਹੀ ਕਰਨਗੇ. ਨਹੀਂ, ਦੇਸ਼ ਗਵਰਨਮੈਂਟ ਨੂੰ ਤਾਂ ਨਹੀਂ ਬਿਲੋਂਗ ਕਰਦਾ. ਬਿਲਕੁਲ. ਦੇਸ਼ ਤਾਂ ਮੈਨੂੰ ਬਿਲੋਂਗ ਕਰਦਾ. ਕਿੰਨੀ ਸੋਹਣੀ ਗੱਲ ਕਹੀ ਹੈ ਤੁਸੀਂ. ਦੇਸ਼ ਸਿਰਫ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਦਾ ਤਾਂ ਨਹੀਂ ਹੈ, ਦੇ ਆਰ ਜਸਟ ਵਨ ਆਫ ਅਸ. ਯੈਸ, ਹੂ ਇਜ਼ ਬੀਂਗ ਸਿਲੈਕਟਿਡ ਐਂਡ ਇਲੈਕਟਿਡ, ਨੋਮੀਨੇਟਿਡ ਥਰੂ ਅਸ. ਥਰੂ ਅਸ. ਯੈਸ, ਉਹ ਵੀ ਜਸਟ ਟੂ ਲੀਡ. ਬਟ ਦੇਸ਼ ਤਾਂ ਅਲਟੀਮੇਟਲੀ ਸਾਡਾ ਸਾਰਿਆਂ ਦਾ ਹੈ ਨਾ. ਉਹ ਬਿਲੋਂਗਿੰਗ ਨੇ ਸਾਨੀ ਬਹੁਤ ਜ਼ਰੂਰੀ ਹੈ. ਸਾਨੂੰ ਲੱਗਦਾ ਜੇ ਅੱਜ ਇੱਕ ਕੁਰਸੀ ਤੇ ਕੋਈ ਬੈਠਾ ਹੈ ਤਾਂ ਦੇਸ਼ ਉਹਦਾ ਹੈ, ਉਹ ਨਹੀਂ ਕਰਨਾ ਹੈ ਸਾਰਾ ਕੁਛ. ਬਟ ਹਾਊ ਕੈਨ ਹੀ ਔਰ ਸ਼ੀ ਡੂ ਇਟ? ਕਰਨ ਵਾਲੇ ਤਾਂ ਥੱਲੇ ਉਹ ਸਕ੍ਰੈਚ ਤੋਂ ਸ਼ੁਰੂ ਹੁੰਦੇ ਆ ਨਾ. ਦੈਟ ਇਜ਼ ਦਾ ਮਾਈਨਿਊਟ ਲੈਵਲ, ਸਭ ਤੋਂ ਛੋਟਾ ਲੈਵਲ, ਉੱਥੇ ਆਪਾਂ ਸਾਰੇ ਹਾਂ. ਗ੍ਰਾਸ ਰੂਟ ਲੈਵਲ, ਉੱਥੋਂ ਅਸੀਂ ਵਰਕਿੰਗ ਸਟਾਰਟ ਕਰਨੀ ਹੈ, ਐਂਡ ਰਿਜ਼ਲਟਸ ਵਿਲ ਕਮ ਦੇਅਰ. ਯੈਸ, ਯੈਸ. ਫਿਰ ਉਹ ਗਲੋਬਲ ਲੈਵਲ ਤੇ ਰਿਜ਼ਲਟਸ ਐਂਡ ਵੀ ਵਿਲ ਸੀ ਦ ਰਿਜ਼ਲਟਸ ਆਰਸੈਲਵਸ. ਬਿਲਕੁਲ. ਇੱਕ ਹੋਰ ਬਹੁਤ ਇੰਪੋਰਟੈਂਟ ਟੋਪਿਕ ਜਿਹੜਾ ਸਾਡੇ ਇਨਵਾਇਰਮੈਂਟ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ. ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਵੀ ਮੌਸਮ ਚੇਂਜ ਹੋ ਰਿਹਾ ਕੁਛ ਸਾਲਾਂ ਤੋਂ, ਪਿਛਲੇ 4-5 ਸਾਲਾਂ ਤੋਂ, ਇੱਕ ਬਹੁਤ ਥਿੱਕ ਜੀ ਸਮੋਗ ਜੰਮ ਜਾਂਦੀ ਹੈ. ਯੈਸ, ਹਵਾ ਦੇ ਵਿੱਚ. ਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਹੈ. ਮੀਨਸ ਆਈ ਆਸਕ ਮਾਈ ਸੈਲਫ ਦਿਸ ਕੁਐਸਚਨ ਅਲੋਟ, ਮੇਰੇ ਪੇਰੈਂਟਸ ਵੀ, ਕਿ ਇਹ ਪਤਾ ਨਹੀਂ ਕੀ ਹੈ. ਉਹ ਮਿਸਟ ਨਹੀਂ ਹੁੰਦੀ, ਉਹ ਫੋਗ ਨਹੀਂ ਹੁੰਦੀ, ਹਾਂਜੀ, ਉਹ ਡਸਟ ਵੀ ਨਹੀਂ ਹੁੰਦੀ, ਡਸਟ ਵੀ ਨਹੀਂ ਹੁੰਦੀ, ਹਾਂ, ਸਾਹ ਲੈਣਾ ਵੀ ਔਖਾ ਹੁੰਦਾ ਹੈ, ਦਿਸਦਾ ਵੀ ਨਹੀਂ, ਤੇ ਇਸ ਦੇ ਕਾਰਨ ਕਾਫੀ ਐਕਸੀਡੈਂਟਸ ਵੀ ਹੁੰਦੇ ਨੇ. ਐਂਡ ਦਿਸ ਹੈਜ਼ ਬੀਨ ਹੈਪਨਿੰਗ, ਪਰ ਇਹਦਾ ਕੋਈ ਆਊਟਕਮ ਨਹੀਂ, ਪਰ ਇਹਦਾ ਰੀਜ਼ਨ ਕੀ ਹੈ, ਇਹ ਦੱਸੋ ਪਹਿਲਾਂ. ਅਸੀਂ ਆਪਣੀ ਕੈਪੀਟਲ ਦੀ ਗੱਲ ਕਰ ਰਹੇ ਹਾਂ. ਸਾਡੀ ਕੈਪੀਟਲ ਦੇ ਵਿੱਚ, ਇਟਸ ਇਨ ਨੌਰਥ ਇੰਡੀਆ. ਯੈਸ, ਨੌਰਥ ਇੰਡੀਆ ਦਾ ਸਭ ਤੋਂ ਵੱਡਾ ਮੇਜਰ ਇਸ਼ੂ ਅੱਜ ਜੋ ਹੈ, ਦੈਟ ਇਜ਼ ਸਟਬਲ ਬਰਨਿੰਗ. ਜਿਹੜੀ ਪੈਡੀ ਫੀਲਡਸ ਨੇ, ਪੈਡੀ ਫੀਲਡਸ ਦੀ ਜਿਹੜੀ ਬਰਨਿੰਗ ਹੈ, ਹਾਂਜੀ, ਝੋਨਾ ਲਾਉਂਦੇ ਹਾਂ, ਕਣਕ ਉਗਾਉਂਦੇ ਹਾਂ, ਉਸ ਤੋਂ ਬਾਅਦ ਜਦੋਂ ਉਹਨਾਂ ਖੇਤਾਂ ਦੀ ਸਫਾਈ ਕੀਤੀ ਜਾਂਦੀ ਹੈ, ਉਹਦੇ ਲਈ ਸਾਡੇ ਕੋਲ ਪ੍ਰੋਪਰ ਇਕੁਇਪਮੈਂਟਸ ਨਹੀਂ ਹੈਗੇ, ਹਾਂਜੀ, ਪ੍ਰੋਪਰ ਇੰਸਟਰੂਮੈਂਟਸ ਨਹੀਂ ਹੈਗੇ, ਟੂਲਸ ਨਹੀਂ ਹੈਗੇ ਕਿ ਉਹ ਕਿੱਦਾਂ ਕੀਤੀ ਜਾਏ. ਕੰਬਾਈਨ ਮਸ਼ੀਨ ਨਾਲ ਜਦੋਂ ਉਹਦੀ ਫਸਲ ਦੀ ਵਾਢੀ ਹੁੰਦੀ ਹੈ, ਹਾਂਜੀ, ਉਸ ਤੋਂ ਬਾਅਦ ਜਿਹੜੇ ਉਹਦੇ ਲੈਫਟ ਓਵਰਸ ਹੈ, ਉਹਨੂੰ ਸਾਡਾ ਜਿਹੜਾ ਕਿਸਾਨ ਹੈ ਉਹ ਜਲਾਉਂਦਾ, ਜਲਾ ਦਿੰਦਾ. ਹੁਣ ਜਦੋਂ ਅੱਗ ਲੱਗੇਗੀ, ਉਹਨੂੰ ਜਲਾਇਆ ਜਾਏਗਾ, ਉਹ ਸਾਰਾ ਦਾ ਸਾਰਾ ਇਨਵਾਇਰਮੈਂਟ ਜਾ ਕੇ ਮਿਕਸ ਹੁੰਦਾ ਹੈ. ਉਹ ਥਿਕ ਸਮੋਗ ਜਿਹੜੀ ਅੱਜ ਪੂਰੇ ਨੌਰਥ ਇੰਡੀਆ ਦੇ ਉੱਪਰ ਛਾਈ ਹੋਈ ਹੈ, ਬਿਲਕੁਲ. ਔਰ ਉਹੀ ਸਭ ਤੋਂ ਵੱਡਾ ਰੀਜ਼ਨ ਹੈ ਵਿੰਟਰਸ ਦੇ ਵਿੱਚ ਸਾਡੀ ਕੈਪੀਟਲ ਦੇ ਪੋਲਿਊਸ਼ਨ, ਪੋਲਿਊਟਿਡ ਹੋਣ ਦਾ. ਉੱਥੇ ਪੋਲਿਊਸ਼ਨ ਦਾ ਲੈਵਲ ਇੰਨਾ ਜ਼ਿਆਦਾ ਵੱਧ ਜਾਂਦਾ ਹੈ, ਇੰਨਾ ਜ਼ਿਆਦਾ ਕ੍ਰੀਏਟ ਹੋ ਜਾਂਦਾ ਹੈ ਕਿ ਪਾਰਟੀਕੁਲੇਟ ਮੈਟਰ 2.5 ਜਿਹਨੂੰ ਅਸੀਂ ਕਹਿੰਦੇ ਹਾਂ,
ਇੰਨਾ ਜ਼ਿਆਦਾ ਵੱਧ ਚੁੱਕਾ ਹੈ, ਉਹਦੀ ਮਾਤਰਾ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਸਾਡੇ ਸਾਰਿਆਂ ਦੇ ਲੰਗਸ ਵਿੱਚ, ਸਾਡੇ ਫੇਫੜਿਆਂ ਦੇ ਵਿੱਚ ਉਹ ਇੰਨੀ ਈਜ਼ੀਲੀ ਜਾ ਕੇ ਡਿਪੋਜ਼ਿਟ ਹੋ ਰਹੀ ਹੈ, ਉਹਦੇ ਨਾਲ ਕੈਂਸਰਸ ਹੋ ਰਹੇ, ਉਹਦੇ ਨਾਲ ਅਸਥਮਾਸ ਹੋ ਰਹੇ, ਸਕਿਨ ਡਿਜ਼ੀਜ਼ਸ ਬਹੁਤ ਕਾਮਨ, ਲੰਗਸ ਦੀਆਂ ਬਹੁਤ ਪ੍ਰੋਬਲਮਸ ਹੋ ਰਹੀਆਂ, ਸਾਹ ਲੈਣਾ ਔਖਾ ਹੋ ਰਿਹਾ ਲੋਕਾਂ ਨੂੰ, ਐਂਡ ਈਵਨ ਦਿੱਲੀ ਦਾ ਇੰਨਾ ਬੁਰਾ ਹਾਲ ਹੈ ਕਿ ਛੋਟੇ ਛੋਟੇ ਬੱਚੇ ਬਿਨਾਂ ਮਾਸਕ ਤੋਂ ਦੇ ਕਾਂਟ ਕਮ ਆਊਟ ਆਫ ਦਾ ਹਾਊਸ. So, means the air that we are breathing normally is actually poisonous. But I don't think about it hune vi. Hune vi mainu cheti ki main kam te jana hai. Hune vi mainu cheti ki main paisa kamana hai. Because gal utthe aa gayi na, sense of responsibility kyon nahi hai? Because sense of belongingness nahi hai. I am not linking myself to my capital. I am not linking myself to my nation. Jadon oh link aa jayega, jadon oh belongingness aa jayegi, then I'll think of. Yes. Before doing it. Absolutely. Then I'll think ki nahi mainu eh nahi karna chahida, ya mainu ek dusra alternative lab lena chahida hai jide naal mere desh nu, meri state nu, and ultimately mainu problem na hoye. Benefit hoye. Right. Te ਜਿਹੜੀ ਅਸੀਂ ਇਹ ਥਿੱਕ ਸਮੋਗ ਦੀ ਗੱਲ ਕਰ ਰਹੇ ਹਾਂ, ਇਹਦਾ ਰੀਜ਼ਨ ਤਾਂ ਸਾਨੂੰ ਪਤਾ ਲੱਗ ਗਿਆ, ਪਰ ਇਹਨੂੰ ਅਸੀਂ ਕਿੱਦਾਂ ਘਟਾ ਸਕਦੇ ਹਾਂ? ਗਵਰਨਮੈਂਟ ਆਫ ਇੰਡੀਆ ਅਲੋਂਗ ਵਿਦ ਗਵਰਨਮੈਂਟ ਆਫ ਪੰਜਾਬ, ਗਵਰਨਮੈਂਟ ਆਫ ਹਰਿਆਣਾ, ਨੌਰਥ ਇੰਡੀਆ ਦੇ ਵਿੱਚ ਬਹੁਤ ਸਾਰੇ ਇਨੀਸ਼ੀਏਟਿਵਸ ਗਵਰਨਮੈਂਟ ਲੈ ਰਹੀ ਹੈ ਜੀ, ਬਹੁਤ ਜ਼ਿਆਦਾ ਜਾਗਰੂਕਤਾ ਔਰ ਅਵੇਅਰਨੈਸ ਕ੍ਰੀਏਟ ਕਰ ਰਹੀ ਹੈ ਅਮੰਗ ਦ ਫਾਰਮਰਸ, ਯੈਸ, ਅਮੰਗਸਟ ਜਨਰਲ ਪੀਪਲ, ਕਿ ਇਹ ਚੀਜ਼ਾਂ ਦੀ ਕ੍ਰੀਏਸ਼ਨ ਔਰ ਇਹਦੀ ਇਹਨੂੰ ਇਨਕਰੀਜ਼ ਨਾ ਕੀਤਾ ਜਾਏ, ਵਧੇ ਨਾ। ਉੱਥੇ ਮੈਂ ਇੱਕ ਨਿਊਜ਼ ਪੇਪਰ 'ਚ ਪੜ੍ਹਿਆ ਸੀ, ਇੱਕ ਰਿਪੋਰਟ ਸੀਗੀ ਕਿ ਪੁਲਿਸਮੈਨ, ਪੁਲਿਸ ਵਾਲਿਆਂ ਦੀ ਡਿਊਟੀਜ਼ ਸੀਗੀਆਂ, ਉਹਨਾਂ ਨੂੰ ਅਲੱਗ ਅਲੱਗ ਡਿਪਾਰਟਮੈਂਟਸ ਦੇ ਵਿੱਚ ਡਿਵਾਈਡ ਕਰਕੇ ਉਹਨਾਂ ਨੂੰ ਭੇਜਿਆ ਗਿਆ ਅਲੱਗ ਅਲੱਗ ਵਿਲੇਜਸ ਦੇ ਵਿੱਚ, ਕਿ ਫਾਰਮਰਸ ਨਾਲ ਜਾ ਕੇ ਤੁਸੀਂ ਗੱਲ ਕਰੋ, ਉਹਨਾਂ ਨੂੰ ਸਮਝਾਓ ਕਿ ਖੇਤਾਂ ਨੂੰ ਅੱਗ ਨਾ ਲਗਾਓ, ਇਹਦੇ ਹੋਰ ਟੈਕਨੀਕਸ ਨਿਕਲੀਆਂ ਨੇ, ਉਹਨਾਂ ਟੈਕਨੀਕਸ ਨੂੰ ਅਡੋਪਟ ਕਰੋ, ਔਰ ਅੱਗ ਲਗਾ ਕੇ ਪੂਰੇ ਨੌਰਥ ਨੂੰ ਜੋ ਪ੍ਰੋਬਲਮ ਹੋ ਰਹੀ ਹੈ, ਜੋ ਪੋਲਿਊਸ਼ਨ ਇੰਨਾ ਜ਼ਿਆਦਾ ਫੈਲ ਰਿਹਾ, ਉਹ ਕਿਸਾਨ ਭਾਈਆਂ ਨੂੰ ਸਮਝਾਇਆ ਗਿਆ ਕਿ ਨਹੀਂ ਹੋਣਾ ਚਾਹੀਦਾ, ਐਂਡ ਉਸ ਰਿਪੋਰਟ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਦੇ ਵਰ ਨੋਟ ਰੈਡੀ ਟੂ ਅੰਡਰਸਟੈਂਡ, ਫਾਰਮਰਸ ਉਹ ਤਿਆਰ ਨਹੀਂ ਸੀਗੇ. ਕਿਉਂ? ਉਹ ਇਸ ਲਈ ਕਿਉਂਕਿ ਉਹਦੇ ਪਿੱਛੇ ਵੀ ਉਹ ਬਹੁਤ ਵੱਡਾ ਰੀਜ਼ਨ ਹੈ, ਜਿਹੜੇ ਇਕਵਿਪਮੈਂਟਸ ਅੱਜ ਸਾਡੇ ਕੋਲ ਅਵੇਲੇਬਲ ਨੇ, ਜਿਹੜੇ ਟੈਕਨੀਕਸ ਆ ਗਈਆਂ ਨੇ, ਆਲਟਰਨੇਟਿਵ ਹੈ ਸਾਡੇ ਕੋਲ, ਜਿੱਦਾਂ ਜ਼ੀਰੋ ਟਿਲ ਮਸ਼ੀਨਸ ਹੈਗੀਆਂ, ਹੈਪੀ ਸੀਡਰ ਹੈ, ਇਹ ਚੀਜ਼ਾਂ, ਇਹ ਮਸ਼ੀਨਸ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਸਾਰੇ ਖੇਤਾਂ ਨੂੰ ਬਹੁਤ ਈਜ਼ੀਲੀ ਬਿਲਕੁਲ ਜੜੋਂ ਕਲੀਨ ਕਰ ਸਕਦੇ ਹਾਂ, ਔਰ ਸਾਨੂੰ ਲੈਫਟ ਓਵਰਸ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਹੈ. ਲੇਕਿਨ ਦੋਜ਼ ਇਕਵਿਪਮੈਂਟਸ ਆਰ ਵੈਰੀ ਐਕਸਪੈਂਸਿਵ, ਰਾਈਟ, ਉਹ ਮਸ਼ੀਨਸ ਇੰਨੀਆਂ ਐਕਸਪੈਂਸਿਵ ਨੇ ਕਿ ਸਾਡਾ ਹਰ ਕਿਸਾਨ ਨਹੀਂ ਖਰੀਦ ਸਕਦਾ, ਹਰ ਘਰ ਦੇ ਵਿੱਚ ਉਹ ਮਸ਼ੀਨ ਨਹੀਂ ਆ ਸਕਦੀ. ਪਰ ਇਸ ਦਾ ਵੀ ਕੋਈ ਨਾ ਕੋਈ ਆਲਟਰਨੇਟਿਵ ਹੋਏਗਾ. ਇਸ ਦਾ ਆਲਟਰਨੇਟਿਵ ਜੋ ਮੈਨੂੰ ਲੱਗਦਾ ਹੈ, ਇੱਕ ਸੁਜੈਸ਼ਨ ਆਪਾਂ ਸ਼ੇਅਰ ਕਰ ਸਕਦੇ ਹਾਂ, ਜੋ ਮੈਨੂੰ ਲੱਗਦਾ ਹੈ ਕਿ ਜਿੱਦਾਂ ਹੋਰ ਬਹੁਤ ਸਾਰੀਆਂ ਕੰਪਨੀਜ਼ ਜੀ ਗਵਰਨਮੈਂਟਸ ਦੇ ਨਾਲ MOU ਸਾਈਨ ਕਰਦੀਆਂ, ਔਰ ਉਹਨਾਂ ਨਾਲ ਕੋਲੈਬੋਰੇਟ ਕਰਕੇ ਬਹੁਤ ਸਾਰੇ ਇਨੀਸ਼ੀਏਟਿਵਸ ਲਏ ਜਾਂਦੇ ਹਨ, ਤਾਂ ਸਾਨੂੰ ਇੱਦਾਂ ਕਰਨਾ ਚਾਹੀਦਾ ਹੈ ਕਿ ਜਿਵੇਂ ਗਵਰਨਮੈਂਟ ਆਫ ਪੰਜਾਬ ਹੈ ਔਰ ਹਰਿਆਣਾ ਹੈ, ਜਿੱਧਰ ਜ਼ਿਆਦਾ ਇਹ ਖੇਤੀ ਦੀ ਖੇਤੀਬਾੜੀ ਦਾ ਬਹੁਤ ਜ਼ਿਆਦਾ ਐਗਰੀਕਲਚਰ ਦਾ ਕੰਮ ਹੈ, ਉਹਨਾਂ ਨੂੰ ਉਹ ਮਸ਼ੀਨ ਲਾਈਕ ਗਵਰਨਮੈਂਟ ਪਰਚੇਜ਼ ਕਰੇ, ਐਂਡ ਉਹਨਾਂ ਨੂੰ ਦੇ ਸ਼ੁੱਡ ਬੀ ਗਿਵਨ ਇਟ ਔਨ ਰੈਂਟ, ਯੈਸ, ਕਿ ਫਾਰਮਰਸ ਜਿੱਦਾਂ ਇੱਕ ਪਿੰਡ ਹੈ, ਇੱਕ ਵਿਲੇਜ ਹੈ, ਇੱਕ ਪਿੰਡ ਦੇ ਵਿੱਚ ਉਹ 10 ਮਸ਼ੀਨਾਂ ਆ ਗਈਆਂ ਜਾਂ 5 ਮਸ਼ੀਨਾਂ ਆ ਗਈਆਂ ਅਕੋਰਡਿੰਗ ਟੂ ਦਾ ਏਰੀਆ, ਯੈਸ, ਜਿੰਨਾ ਵੱਡਾ ਹੈ ਜਿੰਨਾ ਛੋਟਾ ਏਰੀਆ, ਤੇ ਉਹ ਮਸ਼ੀਨਸ ਰਹਿਣਗੀਆਂ ਉਹਨਾਂ ਦੀ ਐਸੈਟ, ਲੇਕਿਨ ਫਾਰਮਰਸ ਟਰਨ ਬਾਈ ਟਰਨ ਦੇ ਆਰ ਟੇਕਿੰਗ ਇਟ ਔਨ ਰੈਂਟ, ਇਹਦੇ ਉਹਨਾਂ ਨੂੰ ਜ਼ਿਆਦਾ ਤੰਗੀ ਵੀ ਨਹੀਂ ਆਏਗੀ, ਫਾਰਮਰਸ ਨੂੰ ਵੀ ਐਕਸਪੈਂਸ ਨਹੀਂ ਖਰਚਣਾ ਪਏਗਾ ਆਪਣਾ, ਔਰ ਜਿਹੜੀ ਗਵਰਨਮੈਂਟ ਹੈ ਬਿਕੋਜ਼ ਦੇ ਆਰ ਪਰਚੇਜ਼ਿੰਗ ਇਟ, ਤਾਂ ਉਹਨਾਂ ਨੂੰ ਵੀ ਰੈਂਟ ਮਿਲ ਰਿਹਾ, ਤਾਂ ਉਹਨਾਂ ਨੂੰ ਉਹਦਾ ਰਿਟਰਨ ਵਾਪਿਸ ਆ ਜਾਏਗਾ, ਉਹਨਾਂ ਨੂੰ ਇੱਕ ਪ੍ਰੋਫਿਟ ਮਿਲ ਜਾਏਗਾ. ਇਹ ਚੀਜ਼ ਜਿਹੜੀ ਹੈ ਇੱਕ ਐਸਾ ਮਤਲਬ ਕੰਪਨਸੇਟ ਕਰਕੇ, ਇਸ ਟੈਕਨੀਕ ਨੂੰ ਅਸੀਂ ਸਟ੍ਰੈਟਜੀ ਨੂੰ ਅਪਲਾਈ ਕਰਕੇ ਆਪਣੇ ਖੇਤਾਂ ਦੀ ਸਫਾਈ ਕਰ ਸਕਦੇ ਹਾਂ, ਜਿਹਦਾ ਬੈਨੀਫਿਟ ਪੂਰੇ ਨੇਸ਼ਨ ਨੂੰ ਮਿਲੇਗਾ ਐਂਡ ਅਲਟੀਮੇਟਲੀ ਇਨਵਾਇਰਮੈਂਟ ਨੂੰ ਮਿਲੇਗਾ. ਬਿਕੋਜ਼ ਲੇਟੈਸਟ ਜਦੋਂ ਕਾਨਫਰੰਸ ਆਫ ਪਾਰਟੀ COP21 ਜਿਹੜਾ ਕਲਾਈਮੇਟ ਚੇਂਜ ਦਾ ਐਗਰੀਮੈਂਟ ਹੋਇਆ ਸੀ ਪੈਰਿਸ ਦੇ ਵਿੱਚ, ਬਿਲਕੁਲ ਦਿਸ ਵਾਜ਼ ਦਾ ਮੇਜਰ ਇਸ਼ੂ, ਬਹੁਤ ਵੱਡਾ ਇਸ਼ੂ ਚੱਕਿਆ ਗਿਆ ਸੀਗਾ, ਔਰ ਇਸੇ ਲਈ ਅੱਜ ਗਵਰਨਮੈਂਟ ਆਫ ਇੰਡੀਆ ਨੇ ਸਟੇਟ ਗਵਰਨਮੈਂਟਸ ਨੂੰ ਸਪੈਸ਼ਲੀ ਇਹ ਡਾਇਰੈਕਸ਼ਨਸ ਦਿੱਤੇ ਹੈ ਕਿ ਡੂ ਸਮਥਿੰਗ, ਕਿਉਂਕਿ ਸਾਡੀ ਕੈਪੀਟਲ
ਨੂੰ ਇਹਦਾ ਹਰਜ਼ਾਨਾ ਭੁਗਤਣਾ ਪੈ ਰਿਹਾ। ਹਾਂਜੀ, ਤੇ ਸਾਡੇ ਕਿਸਾਨ ਭਾਈ ਇਸ ਤਰੀਕੇ ਨਾਲ ਅਗਰ ਗਵਰਨਮੈਂਟ ਔਰ ਲੋਕ ਦੋਨੋਂ ਆਪਸ ਚ ਸਾਂਝਾ ਹੱਥ ਕਰਕੇ ਅਗਰ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨੂੰ ਅਪਣਾ ਲਈਏ, ਹਾਂਜੀ, ਤੇ ਮੇਰੇ ਖਿਆਲ ਇਹਦਾ ਸੋਲੂਸ਼ਨ ਆਉਣਾ ਬਹੁਤ ਸਹਿਜ ਹੈ। ਰਾਈਟ, ਜਿਹੜੀ ਇਹ ਤੁਸੀਂ ਗੱਲ ਕੀਤੀ ਹੈ, ਜਿਹੜਾ ਤੁਸੀਂ ਆਈਡੀਆ ਦਿੱਤਾ, ਆਈ ਹੋਪ ਇਹਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਬੈਨੀਫਿਟ ਹੋਵੇ ਅਤੇ ਲੋਕ ਇਸ ਬਾਰੇ ਸੋਚਣ ਲਈ, ਸਾਡੀ ਗਵਰਨਮੈਂਟ ਵੀ ਇਸ ਬਾਰੇ ਜ਼ਰੂਰ ਸੋਚੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਓਮ ਸ਼ਾਂਤੀ। ਅਸੀਂ ਗੱਲ ਕਰ ਰਹੇ ਹਾਂ ਕਿੱਦਾਂ ਜਿਹੜੀ ਮੈਂ ਹਵਾ ਵੀ ਸਾਹ ਲੈ ਰਹੀ ਹਾਂ ਉਹ ਵੀ ਇੰਨੀ ਟੌਕਸਿਕ ਹੋ ਚੁੱਕੀ ਹੈ ਕਿ ਮੇਰੇ ਲੰਗਸ, ਮੇਰਾ ਅਸਥਮਾ, ਮੇਰੀ ਸਕਿਨ ਡਿਜ਼ੀਜ਼ ਦਾ ਰੀਜ਼ਨ ਇਹ ਸਭ ਹੈ। ਇਹਦਾ ਰਿਸਪੋਂਸੀਬਿਲਟੀ ਕਿਹਦੀ ਹੈ? ਕਿਤੇ ਨਾ ਕਿਤੇ ਮੇਰੀ, ਕਿਤੇ ਨਾ ਕਿਤੇ ਗਵਰਨਮੈਂਟ ਦੀ, ਕਿਤੇ ਨਾ ਕਿਤੇ ਹੋਰ ਲੋਕਾਂ ਦੀ। ਪਰ ਬੇਸਿਕ ਗੱਲ ਜਿਹੜੀ ਹੈ ਉਸ ਬਾਰੇ ਅਸੀਂ ਅੱਗੇ ਵੀ ਚਰਚਾ ਕਰਾਂਗੇ। ਸਾਡੇ ਨਾਲ ਜੁੜੇ ਰਹੋ ਤਾਂ ਸੁਣੋ ਉਹ ਗੱਲ ਕਿਹੜੀ ਹੈ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 80 94 99 34, ਈਮੇਲ punjabi.gws@gmail.com।